ਆਊਜ਼ ਬਿੱਲਾਹੀ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮੁ ਅਲੈਕੁਮ ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਬਿਸ਼ਾਰਤ ਅਲੀ ਟੀ ਵੀ ਔਰ ਮੈਂ ਤੁਹਾਡਾ ਮੇਜ਼ਬਾਨ ਬਿਸ਼ਾਰਤ ਅਲੀ। ਨਾਜ਼ਰੀਨ, ਅੱਜ ਹੋਣਗੇ ਅੱਲਾ ਮੇਰੇ ਦੇ ਹੁਕਮ ਦੇ ਨਾਲ ਖੜਾਕ ਚੰਗੇ, ਕਿਉਂਕਿ ਦੋ ਹੀਰੇ ਨੇ ਅਤੇ ਦੋਵੇਂ ਹੀ ਬ੍ਰੈਂਡਡ ਹੀਰੇ ਨੇ, ਕਮਾਲ ਦੀਆਂ ਮਾਸ਼ਾਅੱਲਾ ਤੋਕੜ ਮੱਝਾਂ ਜਿਹੜੀਆਂ ਨੇ ਉਹ ਆਈਆਂ ਖੜੀਆਂ ਨੇ ਅਤੇ ਦੋਸਤਾਂ ਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਹੀਆਂ ਹੋਣੀਆਂ ਨੇ ਜੀ। ਸਭ ਤੋਂ ਪਹਿਲੇ ਚੋਟੀ ਨੰਬਰ 1 ਅਤੇ ਕੈਮਰਾ ਲੱਗਿਆ ਹੀ ਖੜ੍ਹਾ, ਦੱਸਦਾ ਜਾਵਾਂ ਲੋਕੇਸ਼ਨ ਆਰਵ ਵਾਲਾ ਅਤੇ 365 ਈਬੀ ਪਿੰਡ, ਔਰ ਦੋਵੇਂ ਮੱਝਾਂ ਗੱਬਣ, ਪੰਜਾਂ ਮਹੀਨਿਆਂ ਦੀਆਂ, ਪੰਜਾਂ ਮਹੀਨਿਆਂ ਤੋਂ ਉੱਤੇ ਦਿਨ ਲੰਘਦੇ ਜਾਂਦੇ ਨੇ, ਥੱਲੇ ਨਹੀਂ ਗਏ। ਇੰਝ ਹੀ ਗੱਲ ਹੈ ਜੀ, ਸ਼ੌਕਤ ਨੇ ਅੱਜ ਸੋਹਣੇ ਖੜਾ ਕੀਤੇ ਨੇ, ਸੋਹਣੇ ਜਾਨਵਰ ਵਿਖਾਏ ਨੇ, ਦਿਲ ਠਰ ਜਾਏਗਾ ਦੋਸਤਾਂ ਦਾ ਵੇਖ ਕੇ ਦੋਵੇਂ ਹੀਰੇ। ਸਭ ਤੋਂ ਪਹਿਲੇ ਕੈਮਰੇ ਦੀ ਨਜ਼ਰ ਜਿਹੜੀ ਛੋਟੀ ਹੈ ਉਹਦੀਆਂ ਮੈਂ ਤੁਹਾਨੂੰ ਕੁਆਲਿਟੀਆਂ ਦੱਸ ਦੇਣਾ ਕਿ ਦੋਵੇਂ ਅੱਖਾਂ ਸਫੈਦ ਨੇ, ਬਿੱਲੀਆਂ ਅੱਖਾਂ ਅਤੇ ਦੂਰੋਂ ਚਮਕਣ ਵਾਲੀਆਂ ਅੱਖਾਂ, ਮੁੱਛ ਜਿਹੜੀ ਹੈ ਉਹ ਸਫੈਦ ਗੋਲ ਅਤੇ ਛੋਟਾ ਸਿੰਘ, ਅਤੇ ਕੱਦ ਅਤੇ ਵੇਲ ਉਹ ਨਯਾਬ ਏ, ਇੰਨੀਆਂ ਕੱਦਾਂ ਵਾਲੀਆਂ ਅਤੇ ਇੰਨੀਆਂ ਸੰਭੀਆਂ ਅਤੇ ਲੰਮੀਆਂ ਅਤੇ ਉੱਚੀਆਂ ਮੱਝਾਂ ਬਾਹਰ ਭਜੀਏ ਅਤੇ ਇੱਕ ਵਾਰੀ ਬੰਦੇ ਦੀ ਇੱਕ ਜੁੱਤੀ ਤਾਂ ਟੁੱਟ ਜਾਂਦੀ, ਜੇ ਬਹੁਤੀਆਂ ਨਾ ਟੁੱਟਣ ਤਾਂ ਫਿਰ ਨਵੀਂ ਲੈਣੀ ਪੈਂਦੀ ਹੈ। ਅੱਛਾ, ਇਹਦਾ ਮਤਲਬ ਇਹ ਰੱਬ ਵਾਲਾ ਗੱਲ ਹੈ ਕਿ ਨਵਾਂ ਸ਼ਾਮ ਦਾ ਟਾਈਮ ਹੈ, ਜੁੱਤੀ ਮੇਰੀ ਵਾਕਈ ਰਸਤੇ 'ਚ ਟੁੱਟ ਗਈ ਸੀ ਕਿ ਜਿਹੜੀ ਦੂਸਰਾ ਵੀ ਮਹੀਂ ਦੇ ਮਗਰ ਜਾਂਦਿਆਂ। ਸਹੀ ਹੋ ਗਿਆ, ਕਿਆ ਬਾਤ ਹੈ ਜੀ। ਜਾਨਵਰ ਜੀ ਹੀਰਾ ਨੇੜੂ ਹੋ ਗਏ, ਹੁਣ ਵਿਖਾ ਦਿੰਦੇ ਹਾਂ, ਦੂਰੋਂ ਦਿੱਤਾ ਸਾਰਾ ਵਿਖਾ, ਪਿੱਛੋਂ ਮਾਸ਼ਾਅੱਲਾ ਚੌੜੀ, ਅਤੇ ਮੰਜਾ ਲਿਆ ਵੇ ਕੋਈ ਬੰਦਾ ਅਤੇ ਉੱਤੇ ਡਾਹ ਲਵੇ, ਨਾ ਡਾਵੇ ਅਤੇ ਫਿਰ ਜਿਹੜਾ ਉਹ ਕਹਿਣਾ ਵੀ ਐਵੇਂ ਬੰਦਿਆਂ ਨੇ ਖੜੀ ਰਹਿਣ ਦੇ, ਖੜੀ ਰਹਿਣ ਦੇ, ਕੋਈ ਟੈਨਸ਼ਨ ਨਹੀਂ, ਬਟਨ ਚੈੱਕ ਕਰਾ ਵੀ ਨਹੀਂ ਲਈਦੇ। ਮੈਂ ਵੀ ਕੋਈ ਮੈਂ ਨੂੰ ਟੋਇਆ ਪੈਂਦਾ ਹੋਵੇ, ਕੋਈ ਮੈਂ ਨੂੰ ਖੁੱਤੀ ਹੋਵੇ, ਮੈਂ ਤੇ ਵੱਧਰ ਭੈੜੇ ਹੋਵਣ ਝੋਟੀ ਤੇ, ਠੀਕ ਹੈ, ਫਿਰ ਉਹ ਬੰਦਾ ਅੱਜ ਗੱਲ ਕਰਕੇ ਦੱਸੇ, ਕਮੈਂਟਾਂ ਦੇ ਵਿੱਚ ਕਰਕੇ ਜ਼ਰੂਰ ਜਾਵੇ ਇਨਸ਼ਾਅੱਲਾ। ਔਰ ਮਾਸ਼ਾਅੱਲਾ ਜੀ, ਦੱਸਣ ਤੋਂ ਬਗੈਰ ਹੀ ਜਿਹੜਾ ਸਿਆਣਾ ਬੰਦਾ ਉਹ ਆਪੇ ਹੀ ਵੇਖ ਲਏਗਾ ਵੀ ਮੱਝ ਦੇ ਮਗਰ ਵਧਰਾਂ ਕਿੰਨੀਆਂ ਪਈਆਂ ਨੇ ਅਤੇ ਇਸ ਮੱਝ ਨੇ ਟਾਈਮ 'ਤੇ ਆਇਆ ਕੀ ਬਣਨਾ। ਕਿਉਂ ਜੀ, ਇਹ ਵੱਧਰ ਵੇਖ ਲਓ, ਬਟਨ ਵੇਖ ਲਓ ਨੀਲੀ ਦੇ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੱਝਾਂ ਦੇ ਵਿੱਚ ਮੌਜੂਦ। ਹਵਾਨਾ ਅੱਲਾ ਮੇਰੇ ਦੇ ਹੁਕਮ ਦੇ ਨਾਲ ਇਹ ਵਾਲੀ ਛੁੱਟੀ ਟਾਈਮ 'ਤੇ ਆਈ, ਦੋ ਦੋ ਗਿੱਠਾਂ ਬਾਹਰ ਨਾ ਕੱਢੇ, ਯਾਰ ਦੱਸਦੀ ਪਈ ਹੈ, ਮਾਝੀ ਦੱਸਦੀ ਪਈ ਹੈ, ਇਹਦੇ 'ਚ ਕੀ ਰੋਲਾ। ਫਿਰ ਅੱਖ ਬੜੀ ਜ਼ਾਲਮ ਅੱਖ ਹੈ ਜੀ, ਦੂਰੋਂ ਇੰਝ ਚਿਲਕਦੀ ਹੈ ਜਿਵੇਂ ਪਤਾ ਨਹੀਂ ਕੀ ਉੱਥੇ ਚਿੱਟਾ ਚਿੱਟਾ ਬੜਿਆ ਖੜਾ। ਸੋਹਣਾ ਸਿੰਘ, ਸੋਹਣੀ ਬੁੱਥ, ਲੋੜ ਨਹੀਂ ਪੈਣੀ ਅਤੇ ਪੂਰੀ ਮੁੱਠ ਮੁੱਠ ਦਾ ਲਾਟੂ ਮੋਟਾ ਥਨ, ਇਹ ਜਦੋਂ ਹਵਾਨਾ ਭਰਨਾ, ਜੇ ਫੁੱਟ ਫੁੱਟ ਨਾ ਗੈਪਾਂ ਕਰੇ ਤਾਂ ਫਿਰ ਕਹਿਣਾ ਵੱਖੀ ਬਿਲਕੁਲ ਕੋਈ ਛੋਟੀ ਕੋਲ, ਪੂਛ ਛੋਟੀ ਉਂਗਲ ਜਿੰਨੀ ਬਰੀਕ ਹੈ, ਕੱਦ ਵੇਲ ਉਹਦੇ 'ਤੇ ਕਿਆ ਕਹਿਣੇ, ਮਾਸ਼ਾਅੱਲਾ। ਅੱਗੇ ਚੱਲਦੇ ਹਾਂ ਜੀ, ਇਹ ਟੋਟਲੀ ਕਾਲੀ, ਖੋ ਜਾ ਚੈੱਕ ਕਰਨਾ ਜੀ, ਇੱਥੋਂ ਚੈੱਕ ਕਰੋ ਇੱਥੋਂ ਮੱਝ ਦਾ ਪੁੱਠਾ ਕਿੰਨਾ ਖੂਬਸੂਰਤ, ਕਿਆ ਬਾਤ ਹੈ, ਦਿੰਦੇ ਨੇ ਮੰਜੇ ਜਾਂ ਨਹੀਂ,
ਉਹ ਬੰਦੇ ਐਵੇਂ ਗੱਲਾਂ ਕਰਦੇ ਆ ਵੀ ਚਾਰ ਚਾਰ ਫੁੱਟ ਮੈਂ ਚੌੜੀ ਆ, ਮੈਂ ਕਹਿੰਦਾ ਯਾਰ ਚਾਰ ਫੁੱਟ ਵਾਲੇ ਐਵੇਂ ਝੂਠ ਹੁੰਦੇ ਨੇ, ਮੈਂ ਉਹਦੇ ਉੱਤੇ ਮੰਜਾ ਟਿਕਣਾ ਚਾਹੀਦਾ। ਹਾਏ ਹਾਏ, ਠੀਕ ਹੈ। ਬਟਨ ਇਹਨੂੰ ਵੀ ਹੋਣਗੇ ਨੀਲੀ ਦੇ, ਨੀਲੀ ਦੇ ਸੂਏ ਦਾ ਮੈਨੂੰ ਨੀ ਪਤਾ ਤੀਸਰਾ ਜਾਂ ਚੌਥਾ ਵਾ, ਮਗਰੂ ਹੈ ਚੌੜੀ ਕਿ ਨਹੀਂ ਮੱਝ ਚੈੱਕ ਕਰ ਲਓ, ਆਪੇ ਦੱਸਣਾ ਇੱਕ ਮਿੰਟ ਦੇ ਵਿੱਚ ਆਪੇ। ਸ਼ਾਹ ਕਾਲੀ ਇੱਕ ਰੰਗ ਦੀ ਹੋਵੇਗੀ ਇਨਸ਼ਾਅੱਲਾ, ਢਾਈ ਫਿਰ ਫਿਰ ਹਵਾਨੇ ਦੀਆਂ ਸਾਰੀਆਂ ਬਨਾਵਟਾਂ ਹੈ ਪਿੱਛੇ ਨੂੰ ਜਾਂ ਨਹੀਂ, ਨੀਲੀ ਦੇ ਬਟਨ ਇਹ ਖੜੇ। ਇੱਕ ਮਿੰਟ ਰੁਕ ਜਾ ਕਮਲੀ, ਮੈਂ ਤੈਨੂੰ ਕੀ ਆਖਣਾ, ਪੁਸ਼ਲ ਫੜਾ ਇੱਕ ਮਿੰਟ, ਬਸ ਮੈਂ ਆਪਣੇ ਰੱਬ, ਰੁਕ ਜਾ ਇਹ ਹੁਣ ਲਿਆ ਕੈਮਰਾ ਉਰੇ, ਹੁਣ ਲਿਆ, ਅੱਗੇ ਹੀ ਵਾਜ਼ਿਆ ਹੋਗਾ, ਟੈਨਸ਼ਨ ਨਾ ਲੈ। ਨਜ਼ਰ ਆ ਰਿਹਾ, ਇਹ ਨਜ਼ਰ ਆ ਰਿਹਾ, ਆ ਰਿਹਾ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ, ਜਿਹੜਾ ਵੀ ਕਿੱਲੇ ਤੋੜ ਪਾਲਟੀ ਹੈ, ਕਿੱਲੇ ਤੋੜ ਪਾਲਟੀ ਇਨਸ਼ਾਅੱਲਾ ਸੁਥਰਾ ਕੰਮ ਕਰਦਾ ਵਾ, ਮਾਸ਼ਾਅੱਲਾ ਜੀ। ਹੀਰਾ ਤੁੰਨੀ ਕੋਲੀ ਦੋਵਾਂ ਜਾਨਵਰਾਂ ਕੋਲ ਕੋਣੀ ਗਈ ਜੀ, ਐਵੇਂ ਲੋਕਾਂ ਨੂੰ ਕੋਈ ਕਿਉਂ ਹੋਵੇ, ਮੈਂ ਤਾਂ ਬੱਚਾ ਲਿਆਵੀਂ ਤਾਂ ਕਿ ਤੁੰਨੀ ਕੋੜੀਆਂ ਨਹੀਂ, ਆਪਾਂ ਜਿਹੜਾ ਖਚਰਾ ਚੱਕੀ ਫਿਰਦੇ ਹਾਂ। ਫਿਰ ਬੇੜੇ ਨੇ ਜੀ, ਬੇੜੇ ਮੱਝਾਂ ਬੇੜੇ ਨੇ, ਛੋਟੀਆਂ ਮੋਟੀਆਂ ਮੱਝਾਂ ਨਹੀਂ, ਵੱਖੀਆਂ ਵੇਖ ਲਓ ਜਾਨਵਰਾਂ ਕੋਲ ਕੋਣੀ, ਹੱਡੀ ਇੱਕ ਹੋਵੇਗੀ ਅੱਲਾ ਦੇ ਹੁਕਮ ਨੇ ਆਪਣੀ, ਮੈਂ ਦੀ ਤੀਸਰੀ ਹੱਡੀ ਨਾ ਸਾਬਤ ਕਰੇਗਾ ਕੋਈ ਬੰਦਾ। ਲੈ ਓ ਜੀ ਜਵਾਨੋ, ਹੁਣ ਇਹਨਾਂ ਨੂੰ ਸ਼ੌਕਤ ਸਾਹਿਬ ਜ਼ਰਾ ਨਾ, ਦੋ ਜਾਨਵਰ ਇਕੱਠੇ ਹੀ ਇੰਜ ਟੋਰ, ਕੀ ਖਿਆਲ ਹੈ? ਇਹ ਤਾਂ ਹੋ ਗਈਆਂ ਤਸੱਲੀਆਂ, ਅਤੇ ਹੁਣ ਇਹਨਾਂ ਨੂੰ ਵਿਖਾਈਏ ਟੋਰ ਕੇ। ਤਕਰੀਬਨ ਕਿਆ ਮਾਸ਼ਾਅੱਲਾ ਜੀ, ਦੋਵੇਂ ਹੀਰੇ ਹੁਣ ਜਿਹੜਾ ਟੋਰ ਫੇਰ ਕੇ ਤਸੱਲੀ ਨਾਲ ਵਿਖਾਉਣੇ, ਟੋਰ ਹਲਕੀਆਂ ਹਲਕੀਆਂ ਟੋਰ, ਅਤੇ ਮੈਂ ਮਾਸ਼ਾਅੱਲਾ ਇੱਥੇ ਹੀ ਖੜਾ ਰਹਿਣਾ, ਇਹ ਨਹੀਂ ਕਿ ਮੱਝਾਂ ਦੇ ਉੱਤੇ ਚੜ੍ਹ ਜਾਣਾ, ਦੂਰੋਂ ਮੱਝਾਂ ਕੈਮਰੇ ਦੇ ਵਿੱਚ ਖੁਦ ਟੁਰਦੀਆਂ ਫਿਰਦੀਆਂ ਆਪੇ ਜਿਹੜਾ ਨਜ਼ਰ ਆਉਣਗੀਆਂ, ਕੱਦ ਕਾਠ ਟੋਰ ਫੇਰ ਤਸੱਲੀ ਨਾਲ ਮਾਸ਼ਾਅੱਲਾ ਜਾਨਵਰਾਂ ਦੀਆਂ ਕਰਾ ਦਿੰਦੇ ਹਾਂ ਪੂਰੀਆਂ ਤਸੱਲੀਆਂ। ਦੋਵੇਂ ਇੱਕ ਤੋਂ ਵੱਧ ਕੇ ਇੱਕ ਬ੍ਰਾਂਡ ਹੈ ਮਾਸ਼ਾਅੱਲਾ। ਬਾਕੀ ਜਿਹੜੀਆਂ ਗੱਲਾਂ ਬਾਤਾਂ ਹੋਣਗੀਆਂ ਉਹ ਭਾਈ ਸ਼ੌਕਤ ਨਾਲ ਸਾਂਝੀਆਂ ਕਰਾਂਗੇ, ਪੂਰੀਆਂ ਡਿਟੇਲਾਂ ਜਿਹੜੀਆਂ ਨੇ ਲਵਾਂਗੇ। ਮਾਸ਼ਾਅੱਲਾ ਜੀ, ਕਿਆ ਹੀਰਾ ਜੀ, ਲੈ ਚੱਲ ਹੁਣ ਬੰਨ ਦੇਣਾ ਨੂੰ। ਮਾਸ਼ਾਅੱਲਾ ਜੀ, ਇਹ ਪੂਰੀ ਦੀ ਪੂਰੀ ਕਾਲੀ ਸ਼ਾਹ, ਐਵੇਂ ਪੂਛ ਥੋੜ੍ਹੀ ਜਿੰਨੀ ਇਹਦੀ ਸਫੈਦ ਹੈ, ਬਾਕੀ ਮਾਸ਼ਾਅੱਲਾ ਟੋਟਲੀ ਕਾਲੀ ਘੱਟ ਹੈ ਮੱਝ। ਹਾਂ ਇੱਥੇ ਕੋ ਕੀ ਆਉਂਦਾ ਜਾਣਦਾ, ਵੀ ਲੋਕ ਕਹਿੰਦੇ ਵੀ ਸਾਨੂੰ ਬਿਸ਼ਾਰਤ ਵੀ ਦਿਖਾ, ਬਿਸ਼ਾਰਤ ਦੀ ਵੀ ਜ਼ਿਆਦਾ ਬਾ ਰਹਿਣ ਹੀ ਦੇ ਦੇ। ਆ ਨਹੀਂ ਆ ਜਾ ਯਾਰ, ਮੈਂ ਆਉਣਾ ਫਿਰ ਕਿਸੇ ਵੇਲੇ, ਆ ਜਾ ਯਾਰ, ਮੇਰਾ ਦਿਲ ਆਉਂਦਾ ਵੀ ਲੋਕਾਂ ਦਾ ਬਿਸ਼ਾਰਤ ਵੀ ਬਣਾ ਯਾਰ। ਲੋਕ ਕਈ ਸਮਝੀ ਫਿਰਦੇ ਵੀ ਛੀਨਾ ਵੀ ਬਿਸ਼ਾਰਤ, ਬਿਸ਼ਾਰਤ ਵੀ ਛੀਨਾ ਵਾ, ਕਈਆਂ ਦੀ ਸਮਝ ਚ ਨਹੀਂ ਆਉਂਦੀ ਗੱਲ। ਚਲੋ ਫਿਰ ਕੀ, ਫਿਰ ਕਿਸੇ ਵੇਲੇ ਆਵਾਂਗੇ। ਓਏ ਆ ਜਾ, ਮੈਂ ਕਹਿੰਦਾ ਚਲ ਯਾਰ ਫੜੀ ਨਾ, ਸ਼ੌਕਤ ਨੇ ਹੁਣ ਕਹਿ ਦਿੱਤਾ ਪੁੱਤਰ ਇੱਧਰ ਆ। ਲਓ ਜੀ ਸ਼ੌਕਤ ਸਾਹਿਬ, ਲਓ ਜੀ ਇਹ ਸ਼ੌਕਤ ਸਾਹਿਬ ਨੇ ਅਤੇ ਮੈਂ ਬਿਸ਼ਾਰਤ ਲਈ। ਮਾਸ਼ਾਅੱਲਾ ਜਾਨਵਰ ਤਾਂ ਦੋਸਤਾਂ ਨੂੰ ਜਿਹੜੇ ਨੇ ਵਿਖਾ ਦਿੱਤੇ ਨੇ, ਅਤੇ ਇਹਦੀ ਫਰਮਾਇਸ਼ 'ਤੇ ਇਹਨੇ ਕਿਹਾ ਤੂੰ ਵੀ ਚਿੱਟਾ ਸੂਟ ਪਾਇਆ ਤਾਂ ਮੈਂ ਵੀ ਚਿੱਟਾ ਪਾਇਆ, ਵੀ ਅੱਜ ਆ ਜਾ, ਅਤੇ ਮੈਂ ਕਿਹਾ ਚਲੋ ਆ ਜਾਂਦੇ, ਵੈਸੇ ਦਿਲ ਕੋਈ ਨਹੀਂ ਸੀ ਮੇਰਾ। ਅੱਛਾ ਹੁਣ ਆਪਾਂ ਦੋਵੇਂ ਜਾਨਵਰ ਦਿੱਤੇ ਨੇ ਵਿਖਾ, ਮੁੱਦੇ ਦੀ ਗੱਲ ਕਰੀ, ਵੀਡੀਓ ਫਿਰ ਲੰਮੀ ਹੋ ਜਾਂਦੀ। ਠੀਕ ਹੈ ਭਾਈ, ਸਭ ਤੋਂ ਪਹਿਲੇ ਆਪਾਂ ਵਿਖਾਈਏ ਇਹ ਵਾਲੀ ਚੋਟੀ, ਚੋਟੀ ਬ੍ਰਾਂਡ ਹੈ ਮਾਸ਼ਾਅੱਲਾ, ਬੜਾ ਦਿਲ ਖੁਸ਼ ਹੋਇਆ, ਐਵੇਂ ਕਹੀ ਜਾਈਏ ਤਰੀਫ ਤੋਂ ਹਟ ਕੇ ਮੱਝ ਚੰਗੀ ਹੈ। ਤਰੀਫ ਉਹ ਸੋਹਣੇ ਰੱਬ ਦੀ ਹੈ, ਠੀਕ ਹੈ, ਬੰਦਾ ਕੁਛ ਕਰ ਨਹੀਂ ਸਕਦਾ, ਬੰਦਾ ਆਪਣੀ ਇੱਕ ਮਿਹਨਤ ਕਰ ਸਕਦਾ ਵਾ। ਬਿਲਕੁਲ, ਆਪਣੀ ਬਿਸ਼ਾਰਤ ਭਾਈ ਇੱਕ ਖੁਆਇਸ਼ ਹੁੰਦੀ ਹੈ,
ਕਿ ਯਾਰ ਘੱਟ, ਉਹਨੇ ਕਿਹਾ ਦੋ ਵੀਡੀਓ ਘੱਟ ਪਾ ਲਓ, ਪਾ ਲਓ, ਪਾਓ ਚੰਗੀ, ਪਾਓ ਚੰਗੀ, ਕਿਉਂਕਿ ਕਈ ਦੋਸਤ ਯਾਨੀ ਕਿ ਜਿਹੜਾ ਦੂਸਰਾ ਵੀ ਕੁਛ ਪਹਿਲੇ ਵੀਡੀਓ ਪਈਆਂ ਸੀ ਉਹਨਾਂ ਦਾ ਕਰਕੇ ਮੈਨੂੰ ਮੈਸੇਜ ਠੋਕੀ ਜਾਂਦੇ ਭਾਈ ਸ਼ੌਕਤ ਯਾਰ ਬ੍ਰਾਂਡਡ ਮਾਲ ਵੇਚਦੇ ਵੇਚਦੇ ਤੁਸੀਂ ਕਿਹੜੇ ਪਾਸੇ ਤੁਰ ਪਏ ਜੇ। ਮੈਂ ਕਿਹਾ ਨਹੀਂ ਯਾਰ ਵੀਰ, ਉਹ ਵੀ ਆਪਣੇ ਭਾਈ ਨੂੰ ਉਹ ਵੀਡੀਓ ਯਾਨੀ ਕਿ ਆਪਣੇ ਚੈਨਲ ਤੇ ਪੈਂਦੀ ਹੈ, ਲੇਕਿਨ ਕਿ ਉਹ ਮੱਝਾਂ ਆਪਣੀਆਂ ਨਹੀਂ, ਇਹ ਮੈਂ ਵਾਜ਼ਿਆ ਕਰ ਦੇਵਾਂ। ਇਨਸ਼ਾਅੱਲਾ ਅੱਜ ਤੁਹਾਡੇ ਸਾਹਮਣੇ ਆਇਆ, ਇਨਸ਼ਾਅੱਲਾ ਇਹ ਬਿਸ਼ਾਰਤ ਸਾਹਿਬ ਵੀ ਖੜੇ ਨੂੰ, ਇਹ ਮੱਝਾਂ ਤੁਹਾਡੇ ਸਾਹਮਣੇ ਖੜੀਆਂ ਵਾਂ, ਅੱਲਾ ਦੇ ਹੁਕਮ ਨਾਲ ਬਹੁਤੀਆਂ ਤਾਰੀਫਾਂ ਨਹੀਂ। ਜਿਸ ਵੀਰ ਨੂੰ ਹੀ ਇਹ ਮਈ ਲੈ ਜਾਵੇਗਾ ਉਹ ਵੀਰ ਇਨਸ਼ਾਅੱਲਾ ਝੋਲੀਆਂ ਚੱਕ ਚੱਕ ਕੇ ਦੁਆਵਾਂ ਦੇਵੇਗਾ ਕਿ ਛੀਨਾ ਵੀਰ ਇਹੋ ਜਿਹਾ ਮਈ ਫਿਰ ਕੱਢ ਕੇ ਦੇ। ਪਿਛਲੇ ਦਿਨੇ ਪਤਾ ਕੀ ਹੋਇਆ ਬਿਸ਼ਾਰਤ ਲਈ, ਇੱਕ ਦੋਸਤ ਦਾ ਫੋਨ ਆਇਆ, ਕਹਿੰਦਾ ਕਿ ਯਾਰ ਤੁਹਾਨੂੰ ਮੈਂ ਦਾਤ ਦਿੰਦਾ ਵਾਂ ਕਿ ਤੁਸੀਂ, ਅਸੀਂ ਬੜਾ ਇਲਾਕਾ ਫਿਰੇ ਹਾਂ ਮੀਆਂ ਮੁਖਤਾਰ ਤੱਕ ਉਰਾਂ ਪਰਾਂ, ਯਾਨੀ ਕਿ ਸਾਨੂੰ ਉਹਨੇ ਕਿਹਾ ਮੈਂ ਨਹੀਂ ਕੋਈ ਲੱਭੀ, ਮੈਂ ਨਹੀਂ ਕਿਸੇ ਨੇ ਖਾਂਗੜ ਦਿੱਤੀ, ਠੀਕ ਉਰਾਂ ਆਇਆ ਮੈਂ ਵਿਖਾਵਣ ਦੇ, ਮੈਂ ਨਹੀਂ ਕਿਸੇ ਨੇ ਬੰਦੇ ਨੇ ਖਾਂਗੜ ਦਿੱਤੀ ਚੰਗਾ। ਅੱਛਾ, ਉਹ ਇੱਕ ਦੋਸਤ ਆ ਗਿਆ ਜਿਹੜਾ ਅਤੇ ਜਿਹੜੇ ਮਲੂਕ ਝੋਟੀ ਲੈ ਗਏ ਸ਼ਾਇਦ ਸੁਣਦੇ ਹੋਣੇ ਹੁਣ ਉਹ ਵੀ, ਠੀਕ ਹੈ, ਕਮੈਂਟ ਕਰਕੇ ਵੀ ਥੱਲੇ ਦੱਸ ਸਕਦੇ ਨੇ, ਪੂਰਾ ਇਲਾਕਾ ਫੇਰਿਆ ਉਹਨਾਂ ਨੂੰ, ਠੀਕ ਹੈ, ਔਰ ਇਨਸ਼ਾਅੱਲਾ ਮਈ ਬੜੀਆਂ ਬੜੀਆਂ ਵਿਖਾਈਆਂ, ਲੇਕਿਨ ਉਹਨਾਂ ਦਾ ਰੇਟ ਨਹੀਂ ਬਣਿਆ, ਕਿਉਂਕਿ ਕਿਸੇ ਨੇ 10 ਲੱਖ ਮੰਗਿਆ, ਕਿਸੇ ਨੇ 20 ਲੱਖ ਮੰਗਿਆ, ਇਹ ਸਾਨੂੰ ਅੱਜ ਤਾਂ ਰੇਟ ਹੀ ਹੈ, ਰੇਟ ਹੀ ਹੈ, ਕਿਉਂਕਿ ਲੋਕ ਕਹਿੰਦੇ ਨਾ ਯਾਰ ਸੱਜਰ ਹੁਣ ਇੰਨੇ ਰੁਪਈਆਂ ਦੀ ਆਉਂਦੀ, ਵੀ ਮੈਂ ਕਹਿੰਦਾ ਵਾਂ ਇਹ ਗੱਲ ਵਾਜ਼ਿਆ ਕਰ ਦਿੰਦਾ ਵਾਂ, ਨੀਲੀ ਦੀ ਮੈਂ ਔਰ ਚੰਗੀ ਮੈਂ ਪਹਿਚਾਣ ਵਾਲੀ ਹੁਣ ਵੀ 10 ਤੋਂ 15 ਲੱਖ ਰੁਪਈਏ ਦੀ, ਬਿਲਕੁਲ, ਹੁਣ ਵੀ 7 ਤੋਂ ਸਟਾਰਟਿੰਗ ਹੁੰਦੀ ਹੈ, 10-15 ਤੱਕ ਮੈਂ ਜਾਂਦੀ ਪਈ, ਹੁਣ ਵੀ ਯਾਰ ਅਸੀਂ ਤੋਕੜ ਸ਼ੋਕੜ ਮੱਝਾਂ ਲਾਈ ਦੀਆਂ ਨੇ ਨਾ, ਤੇ ਮੁੱਲ ਕਿਸੇ ਤੋਕੜ ਦਾ 4-4.5 ਤੀਕਰ ਵੀ, ਤੋਕੜ 5.5 ਤੀਕਰ ਵੀ, ਮੈਂ ਦੇ ਸਿਰ ਤੇ, ਮੈਂ ਦੇ ਸਿਰ ਤੇ ਮੁੱਲ, ਸਾਡੇ ਕਈ ਦੋਸਤ ਬੇਲੀ ਆਂਦੇ ਨੇ ਵੀ ਯਾਰ 4 ਦੀ ਜਾਂ 3.5 ਦੀ ਸਰਜਰੀ ਲੱਭੀ ਜਾਂਦੀ, ਲੇਕਿਨ ਉਹ ਇਹ ਨਹੀਂ ਵੇਖਦੇ ਵੀ ਇਹੋ ਜਿਹੀ ਮੱਝ ਲੱਭਦੀ, ਉਹ ਯਾਰ ਉਹ ਗੱਲ ਉਹ ਹੀ ਆ ਗਈ ਨਾ, ਇੱਕ ਬਗਾਵਤ ਬਣੀ ਹੋਈ, ਉਹਨੇ ਕਿਹਾ ਸਸਤੀ ਰੋਵੇ ਬਾਰ ਬਾਰ ਤੇ ਮਹਿੰਗੀ ਰੋਵੇ ਇੱਕੋ ਬਾਰ, ਠੀਕ ਹੈ, ਜਿਹੜਾ ਮਹਿੰਗੀ ਲੈ ਲੈਂਦਾ ਚੰਗੀ ਲੈ ਲੈਂਦਾ ਉਹ ਇੱਕ ਵਾਰੀ ਯਾਨੀ ਕਿ ਬਦਲਦਾ ਵਾ, ਤੇ ਜਿਹੜਾ ਸਸਤੀ ਵਾਲਾ ਰੋਜ਼ ਰੋਜ਼ ਬਦਲੀ ਰੱਖਦਾ ਵਾ। ਹੁਣ ਇਹਨਾਂ ਦੀ ਗੱਲ ਬਾਤ ਕਰੀਏ ਗੱਲਾਂ, ਬਿਸ਼ਾਰਤ ਲਈ 5 ਮਹੀਨੇ ਦੀ ਝੋਟੀ ਗੱਭਣੀ, ਅੱਛਾ ਠੀਕ ਹੈ, ਅੱਲਾ ਦੇ ਹੁਕਮ ਨਾਲ ਜਿਹੜਾ ਮੈਂ ਕੁਛ ਨਹੀਂ ਕਹਿ ਸਕਦਾ, ਵੱਡਾ ਬੋਲ ਨਹੀਂ ਬੋਲ ਸਕਦਾ, ਝੋਟੀ ਮੇਰੀ ਦੇ ਇਨਸ਼ਾਅੱਲਾ ਨਾਲ ਆਮ ਮੈਂ ਦਾ ਜੋੜ ਨਹੀਂ ਹੋਵੇਗਾ ਜਿਸ ਦਿਨ ਤਿਆਰ ਹੋ ਜਾਵੇਗੀ, ਠੀਕ ਹੈ, ਝੋਟੀ ਫੁੱਟ ਫੁੱਟ ਬਾਹਰ ਹੋਵੇਗੀ, ਸੂਹ ਮੋੜੇਗੀ ਇਨਸ਼ਾਅੱਲਾ, ਦੁੱਧ ਹੈਗਾ ਹੁਣ, ਦੁੱਧ ਥਣ ਪਾਸ ਕਰਾਵਣ ਚੁੱਕਾ ਵਾ, ਦੋਵਾਂ ਕੋਲ ਹੀ, ਇਹਨੇ ਸੁਬਾਹ ਕਿੰਨਵਾਂ ਸੁਣਾ, ਇਹਨੇ ਜਨਾਬੇ ਦੂਜਾ ਸੁਬਾਹ ਸੁਣਾ ਵਾ, ਅੱਛਾ, ਉਹਨੇ ਜਨਾਬੇ ਮਾਲਕ ਕਹਿੰਦੇ ਵੀ ਤੀਜਾ ਸੁਣਦੀ, ਵੀ ਮੈਂ ਕਹਿੰਦਾ ਚੌਥਾ ਲਾ ਲਓ ਯਾਰ, ਚੌਥਾ ਲਾ ਲਓ, ਕਿਉਂ ਕੋਈ ਸੱਜਣ ਇਹ ਨਾ ਕਮੈਂਟ ਕਰਕੇ ਕਵੇ ਯਾਰ ਮੈਂ ਤਾਂ ਚੌਥੇ ਸੂਏ ਸੀ, ਇਹਨਾਂ ਤੀਸਰੇ ਕਿਉਂ ਕਹਿਤੀ ਪੜਨਾ ਨੇ, ਲੇਕਿਨ ਆਪਾਂ ਗਲਤ ਕੰਮ ਕਰਨਾ ਹੀ ਨਹੀਂ ਇਨਸ਼ਾਅੱਲਾ। ਇਹਨਾਂ ਦੀਆਂ ਕੀਮਤਾਂ ਬਿਸ਼ਾਰਤ ਲਈ ਕੀਮਤ ਕੋਈ ਨਹੀਂ, ਜੇ ਮਈ ਦਾ ਸ਼ੌਂਕ ਵੱਲੇ ਜਾਈਏ ਤਾਂ ਬੜਾ ਮੁੱਲ ਹੈ, ਲੇਕਿਨ ਆਪਾਂ ਇੱਕ ਦੋਸਤਾਂ ਨੂੰ ਸ਼ੌਂਕ ਕਰਾਵੀ ਦਾ, ਇੱਕ ਫਰੀ ਦਾ, ਇਹ ਫਰੀ ਦਾ ਸ਼ੌਂਕ ਹੈ, ਦੋਸਤ ਕਦੇ ਯਾਦ ਕਰਨਗੇ ਮਰ ਗਏ ਜ਼ਿੰਦਗੀ ਯਾਦ ਕਰਨਗੇ ਯਾਰ ਕੋਈ ਛੀਨਾ ਹੁੰਦਾ ਸੀ, ਠੀਕ ਹੈ, ਮਰਦਾ ਕੋਈ ਨਹੀਂ, ਨਹੀਂ ਬਿਸ਼ਾਰਤ ਸਾਹ ਦਾ ਵਿਸਾਹ ਨਹੀਂ ਹੈਗਾ, ਦੋਸਤ ਕਹਿਣਗੇ ਜ਼ਰੂਰ ਕਿ ਯਾਰ ਖਾਂਗੜ ਲਾ, ਮੈਂ ਤਾਂ ਕੰਮ ਕਰ ਗਿਆ ਤੇ ਛੀਨਾ ਕਰ ਗਿਆ ਇਨਸ਼ਾਅੱਲਾ ਨੀਲੀ ਤੇ ਖਾਸ ਗੱਗੋ ਵਾਲਾ ਕਰਕੇ ਗਿਆ ਵਾ ਕੰਮ ਇਨਸ਼ਾਅੱਲਾ ਤਾਲਾ। ਹੁਣ ਮੁੱਲ ਦੱਸ ਦੇ, ਵੀਡੀਓ ਲੰਮੀ ਨਾ ਕਰ, ਨਹੀਂ ਲੰਮੀ ਕਰਦੇ, ਜੋੜੇ ਦਾ ਮੁੱਲ ਹੈ 8.5 ਲੱਖ ਰੁਪਈਆ, ਅੱਛਾ, ਜੋੜੇ ਦਾ ਮੁੱਲ 8.5 ਲੱਖ ਰੁਪਈਆ, 4.5 ਲੱਖ ਰੁਪਈਆ ਔਰ 4 ਲੱਖ ਰੁਪਈਆ, ਠੀਕ ਹੈ, ਚੋਟੀ ਦਾ 4.5 ਹੈ, ਇਹਦਾ 4 ਹੈ, ਕੋਈ ਮੁਹੱਬਤ ਹੈ, ਮੁਹੱਬਤ ਇਹਨੇ ਥੋੜੀ ਬਹੁਤੀ ਚਾਹ ਪੱਤੀ ਕਰਾਂਗੇ, ਚਾਹ ਪੱਤੀ ਵਾਲਾ ਕੰਮ ਹੈ, ਇਹਦੇ 'ਚ ਉਹ ਐਡਾ ਲੰਮਾ ਪਾੜਾ ਕੋਈ ਨਹੀਂ, ਮਈ ਦਾ ਮੁੱਲ ਭਾਵੇਂ ਮੈਂ 10 ਲੱਖ ਵੀ ਕਰਦਾ, ਮਈ ਦੇ ਮੁੱਲ ਤਾਂ ਪੈਣਾ, ਮਈ ਮੇਰੇ ਅੱਲਾ ਦੇ ਹੁਕਮ ਨਾਲ ਹੁਣ ਵੀ 9-9.5 ਲੱਖ ਰੁਪਈਏ ਦੀਆਂ, ਠੀਕ ਹੋ ਗਏ, ਠੀਕ ਹੈ, ਚਲੋ 8.5 ਲੱਖ ਦੇ ਵਿੱਚੋਂ ਪਿਆਰ ਮੁਹੱਬਤ ਜੀ, ਬਿਲਕੁਲ ਜ਼ਰੂਰ ਕਰਾਂਗੇ ਜਨਾਬ, ਜੋੜੇ ਦਾ ਇਹਦਾ 4.5 ਇਹਦਾ 4 ਹੈ, ਮਜ਼ੀਦ ਮੁਹੱਬਤ ਹੋ ਜਾਏਗੀ, 5 ਮਹੀਨਿਆਂ ਤੋਂ ਦੋਵੇਂ ਹੀ ਬਾਹਰ ਨੇ, ਹਾਂਜੀ, ਦੋਵੇਂ 5 ਤੋਂ ਬਾਹਰ ਇਨਸ਼ਾਅੱਲਾ, ਜਿਹੜਾ ਵੀ ਆਪਣੀ ਤਸੱਲੀ, ਆਪਣਾ ਡਾਕਟਰ ਲੈ ਕੇ ਆਵੇ ਆਪਣੀ ਤਸੱਲੀ ਕਰਕੇ ਲਿਜਾਵੇ, ਕੋਈ ਨੁਕਸ ਸਾਹਿਬ ਨਿਕਲੇ ਅਸੀਂ ਉਸ ਚੀਜ਼ ਦੇ ਜ਼ਬਾਨ ਦਾ, ਚਲੋ ਬਹੁਤ ਸ਼ੁਕਰੀਆ।
ਇਨਸ਼ਾਅੱਲਾ ਫਿਰ ਇੱਕ ਅਸੀਂ ਜਿਹਨਾਂ ਨੂੰ ਮਿਲਾਂਗੇ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।